ਇਤਿਹਾਸਿਕ ਜਗ੍ਹਾ ਹੈ ਜੋ ਕਿ ਬਾਬਾ ਫਰੀਦ ਜੀ ਦੀ ਅੱਜ ਵੀ ਯਾਦ ਦਿਵਾਉਂਦੀ ਹੈ। ਇਹ ਪੁਰਾਤਨ ਜਗ੍ਹਾ ਇਜ਼ਰਾਈਲ ਦੇ ਜੈਰੂਸਲੇਮ ਵਿੱਚ ਹੈ। ਇਸ ਜਗ੍ਹਾ ਨੂੰ ਮਿੰਨੀ ਇੰਡੀਆ ਵੀ ਕਿਹਾ ਜਾਂਦਾ ਹੈ। ਉੱਥੋਂ ਦੇ ਭਾਰਤੀ ਤੇ ਪਾਕਿਸਤਾਨੀ ਲੋਕ ਕਹਿੰਦੇ ਹਨ ਕਿ ਇਸ ਭੀੜ ਭਾੜ ਭਰੇ ਇਲਾਕੇ ਵਿੱਚ ਜੇ ਕਿਤੇ ਸਾਨੂੰ ਸਕੂਨ ਮਿਲਦਾ ਹੈ ਤਾਂ ਉਹ ਇਹ ਜਗ੍ਹਾ ਹੈ। ਇਹ ਰੂਹ ਨੂੰ ਸਕੂਨ ਦੇਣ ਵਾਲੀ ਜਗ੍ਹਾ ਹੈ। ਇਸ ਜਗ੍ਹਾ ਵਿੱਚ ਹੋਰ ਵੀ ਬਹੁਤ ਕੁਝ ਹੈ, ਜਿਵੇਂ ਕਿ ਪੁਰਾਤਨ ਇਮਾਰਤ, ਇਤਿਹਾਸਿਕ ਤਸਵੀਰਾਂ ਦਾ ਅਜਾਇਬ ਘਰ, ਮਸਜਿਦ ਅਤੇ ਉਹ ਜਗ੍ਹਾ ਜਿੱਥੇ ਬਾਬਾ ਫਰੀਦ ਜੀ ਕਾਫੀ ਦਿਨ ਇੱਥੇ ਰਹੇ। ਇਸ ਦਾ ਜ਼ਿਆਦਾ ਇਤਿਹਾਸ ਮੈਨੂੰ ਪਤਾ ਨਹੀਂ, ਬਸ ਇੰਨਾ ਹੀ ਹੁਣ ਤੱਕ ਜਾਣ ਸਕੇ ਕਿ ਬਾਬਾ ਫਰੀਦ ਜੀ ਜਦ ਸੱਚ ਦੀ ਤਲਾਸ਼ ਵਿੱਚ ਸਨ ਤਾਂ ਉਹ ਸੱਚ ਦੇ ਰਾਹੀਆਂ ਦੀ ਤਲਾਸ਼ ਵਿੱਚ ਇਸ ਜਗ੍ਹਾ ਵੀ ਪਹੁੰਚੇ। ਇਹ ਜਗ੍ਹਾ ਜੋ ਕਿ ਸੰਤਾਂ ਫਕੀਰਾਂ ਦੇ ਸ਼ਹਿਰ ਵਜੋਂ ਜਾਣੀ ਜਾਂਦੀ ਸੀ। ਜਦੋਂ ਇਸ ਜਗ੍ਹਾ ਤੇ ਆਏ ਤਾਂ ਇੱਥੇ ਬਹੁਤ ਹੀ ਨਾਜ਼ੁਕ ਮਾਹੌਲ ਸੀ। ਇੱਥੇ ਬਾਹਰਲੇ ਹੁਕਮਰਾਨਾਂ ਦਾ ਕਬਜ਼ਾ ਹੋ ਗਿਆ ਸੀ ਜੋ ਕਿ ਇੱਥੋਂ ਦੇ ਵਸਨੀਕਾਂ ਨੂੰ ਮਾਰਿਆ ਵੱਢਿਆ ਜਾ ਰਿਹਾ ਸੀ। ਖੈਰ, ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਬਾਬਾ ਫਰੀਦ ਜੀ ਕਿਸ ਤਰ੍ਹਾਂ ਇਹੋ ਜਿਹੇ ਮਾਹੌਲ ਵਿੱਚ ਉੱਥੇ ਰਹੇ, ਪਰ ਜ਼ਿਆਦਾਤਰ ਇੱਥੋਂ ਦੇ ਰਹਿਣ ਵਾਲੇ ਦੱਸਦੇ ਹਨ ਕਿ ਬਾਬਾ ਫਰੀਦ ਜੀ ਇਸ ਜਗ੍ਹਾ ਤੇ ਕਾਫੀ ਚਿਰ ਰਹੇ ਅਤੇ ਇਸ ਜਗ੍ਹਾ ਨੂੰ ਚਿੱਲਾ ਦਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਨੇ ਉਹਨਾਂ ਨੇ ਇੱਥੇ ਚਿੱਲਾ ਕੱਟਿਆ, ਭਾਵ 40 ਦਿਨ ਇੱਥੇ ਰਹੇ, ਰੱਬ ਦੀ ਇਬਾਦਤ ਕੀਤੀ। ਅਸਲ ਵਿੱਚ ਜੋ ਮੇਨ ਜਗ੍ਹਾ ਹੈ ਜਿੱਥੇ ਉਹਨਾਂ ਨੇ ਕੱਟਿਆ ਚਿੱਲਾ, ਉਹ ਇਸ ਤੋਂ ਹੋਰ ਵੀ ਡੂੰਘੀ ਹੈ। ਉਸ ਦੀ ਝਲਕ ਵੀ ਅੱਗੇ ਵੀਡੀਓ ਵਿੱਚ ਦੇਖ ਸਕਦੇ ਹੋ। ਸੋ ਆਓ ਫਿਰ ਦੇਖਦੇ ਹਾਂ। ਅਤੇ ਇੱਕ ਅੰਗਰੇਜ਼ੀ ਵਿੱਚ ਛੋਟੀ ਜਿਹੀ ਵੀਡੀਓ ਹੈ ਜੋ ਕਿਸੇ ਵੀਰ ਨੇ ਫੇਸਬੁੱਕ 'ਤੇ ਪਾਈ ਸੀ ਕਾਫੀ ਦਿਨ ਪਹਿਲਾਂ, ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। The mosque and the chilla are the oldest building in the complex. The general view of the complex. This is the mosque. And this is the chilla of Hazrat Baba Farid Ganj Shakar. This is the entrance. Now, the original chilla is actually below. That's the original room. This is where Hazrat Baba Farid used to perform chilla. Information as possible. So this Turkish traveler, he mentioned about an Indian Sufi who was staying on a hill nearby. So it was amazing how people in those days, can you imagine when Khalifa Umar's